ਨਾ ਹਲਕਾ ਹੈ ਬਾਬੇ ਇਕੱਲੇ ਕੱਟਰ ਤੇ ਨੀ ਬੇਟਾ ਵੱਡਾ ਕੱਟਰ ਸਾਡੇ ਯਾਰ ਵੇਲੀ ਆਏ ਨੇ ਬੰਬੇ ਗੁਹਾਟੀ ਤੋਂ ਸੁਣਾਉਣਾ ਮੈਨੂੰ ਬਾਅਦ ਚ ਦੱਸ ਦੇਣਾ ਮਰਜ਼ੀ ਓਏ ਟਾਈਮ ਘੱਟ ਚਲੋ ਤੇਰਾ ਚੌਲ ਚੂਲ ਗੱਡੀ ਚ ਖਾ ਲੈ ਬਾਈ ਮੁੜ ਕੇ ਬਜਾ ਗਲਾਸ ਧਰ ਲੇ ਵਿੱਚ ਧਰ ਲਾ ਕੁਛ ਰਾਜ ਹੀ ਖਾਣਾ ਚਾਹ ਵੀ ਧਰ ਲਾ ਯਾਰ ਸਾਹਮਣੇ ਨੀ ਸੀਟ ਮੂਰੇ ਹੁੰਦੀ ਇਹਨੂੰ ਕੀ ਹੋਇਆ ਹੋਗੀ ਹਜੇ ਸਟਾਰਟ ਨਹੀਂ ਹੋਈ ਗੱਡੀ ਤਾਂ ਹੀ ਨਹੀਂ ਹੁੰਦੀ ਯਾਰ ਕੋਈ ਚੱਕਰ ਨਹੀਂ ਮੈਂ ਚਾਹ ਡੁੱਲ ਨਹੀਂ ਹੁੰਦਾ ਕੋ ਮੈਨੂੰ ਵੀ ਚੌਲ ਖਵਾ ਲੈ ਭੈਣ ਤੂੰ ਤਾਂ ਇਹਨੂੰ ਪਾ ਦੇ ਚਮਚਾ ਮੂੰਹ ਚ ਉੜ ਖਾ ਲੈ ਦੱਬੀ ਜਾ ਯਾਰ ਮੈਂ ਡਿੱਕੇ ਨਾ ਭੈਣ ਤੂੰ ਤਾਂ ਮੂਰੇ ਪੜਾ ਜਾ ਪੜਾ ਚਾਹ ਪਾ ਕੇ ਬਣਾ ਰੇ ਮੈਨੂੰ ਚਾਹ ਪਾ ਕੇ ਬਣਾ ਰੇ ਗੱਡੀ ਦੱਬੀ ਜਾਣ ਲੱਗ ਰਾ ਤਾਂ 20 ਤਾਂ ਜਾਂਦੀ ਆ ਕੀ ਬਣਿਆ ਲੋ ਬਾਜੀ ਮੈਂ ਰੋਟੀ ਭੈਣ ਦੇ ਖਾਲ ਜਾਲ ਓਏ ਗੱਡੀ ਚਲੋ ਜੀ ਗੱਡੀ ਇੱਧਰ ਆ ਜਾਓ ਜੀ ਪਰ ਇਹਨੂੰ ਆ ਜਾਓ ਮੰਤਰੀ ਦੀ ਗੱਡੀ ਵਾਂਗੂ ਕੁੜੀ ਐਕਟਿਵਾ ਫੁੱਲ ਪਜਾਵੇ ਮੈਂ ਕਿਹਾ ਪਿੱਛੇ ਪਾਇਲਟ ਜਿਪਸੀ ਵਾਂਗੂ ਵਾਂਗੂ ਕੁੜੀ ਐਕਟਿਵਾ ਫੁੱਲ ਪਜਾਵੇ ਮੈਂ ਕਿਹਾ ਪਿੱਛੇ ਪਾਇਲਟ ਜਿਪਸੀ ਵਾਂਗੂ ਸਿੱਧੂ ਮੈਂ ਸਵਿਫਟ ਲਾਈ ਜਾਵੇ ਬਹੁਤ ਸੋਹਣਾ ਬਹੁਤ ਸੋਹਣਾ ਜੀ ਬਹੁਤ ਸੋਹਣਾ ਚੌਲ ਕਾਲਾ ਮੈਨੂੰ ਤੇਰੀ ਬਹੁਤ ਫਿਕਰ ਹੈ ਤੈਨੂੰ ਤਾਂ ਮੈਨੂੰ ਗਰਮੀ ਕੰਮ ਧੰਦੇ ਤਾਂ ਚੱਲਦੇ ਰਹਿਣਗੇ ਕਾਕਾ ਚੌਲ ਤੁਸੀਂ ਨਾਲ ਦੇ ਨਾਲ ਖਾ ਲਓ ਕੋਈ ਚੱਕਰ ਨਹੀਂ ਖਾ ਲਓ ਚੌਲ ਚਾਹ ਵੀ ਪੀਏ ਚਾਹ ਪੀ ਲਓ ਹਾਂਜੀ ਦੱਸੋ ਭਾਨਾ ਸਿੰਘ ਇਹ ਮਾਨਯੋਗ ਸਾਡੇ ਸਰਪੰਚ ਸਾਹਿਬ ਪਿੰਡ ਦੇ ਤੇਜਾਂ ਦੇ ਅੱਛਾ ਜੀ ਬਹੁਤ ਵਧੀਆ ਇਹਨਾਂ ਨੇ ਕਾਰਜਕਾਲ ਕਰਿਆ ਮੇਰਾ ਜਿੰਨਾ ਮਰਜ਼ੀ ਜ਼ੋਰ ਲੱਗੇ ਅਗਲੀ ਵਾਰ ਵੀ ਸਰਪੰਚ ਸੀ ਇਹਨਾਂ ਨੂੰ ਬਣਾਉਣਾ ਜਿੰਨਾ ਮਰਜ਼ੀ ਲੱਗਦੇ ਮਾਨ ਸਾਹਿਬ ਹੈਰੀ ਮਾਨ ਸਾਹਿਬ ਨੂੰ ਅੱਜ ਬਹੁਤ ਵਧੀਆ ਇਹਨਾਂ ਨੇ ਗੱਲਬਾਤ ਕਰੀ ਆ ਦੱਸਿਆ ਸਾਡੇ ਪਿੰਡ ਦੇ ਸਾਰੇ ਹਾਲਾਤਾਂ ਬਾਰੇ ਜਾਣੂ ਕਰਾਇਆ ਇਹਨਾਂ ਨੇ ਇੱਕ ਇੱਕ ਬਾਰੇ ਬੜੀ ਇਮਾਨਦਾਰੀ ਨਾਲ ਸਰਪੰਚੀ ਕਰੀ ਹੈ ਜੀ ਰੱਬ ਕਰਕੇ ਅਸੀਂ ਅਗਲੀ ਇਲੈਕਸ਼ਨ ਵੀ ਇਹਨਾਂ ਨੂੰ ਸਰਬ ਸੰਮਤੀ ਨਾਲ ਬਣਾ ਦੇਣਾ ਅਸੀਂ ਵੋਟਾਂ ਨਹੀਂ ਪਿੰਡ 'ਚ ਪਾਉਣਾ ਚਾਹੁੰਦੇ ਸਰਬ ਸੰਮਤੀ ਨਾਲ ਸਰਪੰਚ ਇਹਨਾਂ ਨੂੰ ਬਣਾਉਣਾ ਚਾਹੁੰਦੇ ਹਾਂ ਇਹ ਗੱਲ ਤੁਸੀਂ ਦੱਸੋ ਚੰਗੀ ਇੱਕ ਮਾੜੀ ਹੈ ਸਰਪੰਚ ਸਾਹਿਬ ਜਿੰਦਾਬਾਦ ਸਾਡੇ ਹਲਕਾ ਇੰਚਾਰਜ ਮਾਨ ਸਾਹਿਬ ਇੰਨਾ ਵਧੀਆ ਖੁਸ਼ੀ ਹੋਈ ਕਿ ਕਿਸਾਨਾਂ ਦਾ ਇਹਨਾਂ ਨੇ ਦੁੱਖ ਦਰਦ ਸੁਣਿਆ ਇਸ ਤੋਂ ਵਧੀਆ ਕੋਈ ਗੱਲ ਹੋ ਨਹੀਂ ਸਕਦੀ ਇਮਾਨਦਾਰ ਅਤੇ ਵਧੀਆ ਲੀਡਰ ਲੋਕਾਂ ਨੂੰ ਫਰਜ਼ ਬਣਦਾ ਕਿ ਇਹੋ ਜਿਹੇ ਸਪੋਰਟ ਕਰਨ ਸਾਨੂੰ ਵੀ ਬੜੀ ਖੁਸ਼ੀ ਹੋਈ ਅਸੀਂ ਇੰਨਾ ਕੁ ਜ਼ਿਆਦਾ ਖੁਸ਼ੀ ਵੀ ਦੱਸ ਨਹੀਂ ਸਕਦੇ ਅਤੇ ਕਿਸਾਨਾਂ ਦੀ ਇੰਨਾ ਦੁੱਖ ਦਰਦ ਇਹਨਾਂ ਨੇ ਚੰਗੀ ਤਰ੍ਹਾਂ ਸਮਝਿਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਨ ਸਾਹਿਬ ਦਾ ਜੀ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੋ ਕਿ ਆਪਣੇ ਹੁਣ ਜਿਹੜੇ ਆਪਣੇ ਹਲਕਾ ਵਿੱਚ ਜਿਹੜੇ ਵੀ ਆਪਣੇ ਕਿਸਾਨਾਂ ਦੇ ਅੱਜ ਕਣਕਾਂ ਨੂੰ ਅੱਗ ਲੱਗੀ ਸੀ ਅਤੇ ਉਹਨਾਂ ਦਾ ਜਾਇਜ਼ਾ ਲੈ ਰਹੇ ਨੇ ਆਪਣੇ ਐਮ ਐਲ ਏ ਸਾਹਿਬ ਜੀ ਅਤੇ ਜਲਦੀ ਆ ਮਤਲਬ ਕਿ ਇਹਨਾਂ ਦਾ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿਸਾਨਾਂ ਨੂੰ ਕਿਉਂਕਿ ਕਿਸਾਨਾਂ ਦਾ ਜੋ ਦਿਲ ਟੁੱਟਿਆ ਹੁੰਦਾ ਜੀ ਅੱਗ ਨੂੰ ਕਿਸਾਨਾਂ ਨੂੰ ਜਿਹੜੇ ਨੁਕਸਾਨ ਹੋਇਆ ਮਾਨ ਸਾਹਿਬ ਨੇ ਆ ਕੇ ਦੁੱਖ ਦਰਦ ਸੁਣਿਆ ਜੀ ਇਸ ਤੋਂ ਵੱਡੀ ਕੋਈ ਗੱਲ ਹੋ ਸਕਦੀ ਇਹਨਾਂ ਨੇ ਦੁੱਖ ਦਰਦ ਸੁਣਿਆ ਆ ਕੇ ਇਹ ਕਿਸਾਨਾਂ ਲਈ ਇਸ ਤੋਂ ਵੱਡੀ ਹੌਸਲੇ ਦੀ ਗੱਲ ਕੋਈ ਨਹੀਂ ਇਹਨਾਂ ਨੇ ਕਿਸਾਨਾਂ ਨੂੰ ਪੂਰਾ 100% ਭਰੋਸਾ ਦਵਾਇਆ ਵੀ ਜਲਦੀ ਜਿਹੜਾ ਤੁਹਾਡਾ ਨੁਕਸਾਨ ਹੋਇਆ ਉਹਦੀ ਭਰਪਾਈ ਕਰੀ ਜਾਊਗੀ ਜਲਦੀ ਜਲਦੀ ਉਹਨਾਂ ਨੂੰ ਪੈਸੇ ਮਿਲ ਜਾਣਗੇ ਜੀ ਠੀਕ ਹੈ ਨਾ ਜੀ ਬਹੁਤ ਬਹੁਤ ਇਹਨਾਂ ਧੰਨਵਾਦ ਕਹਿੰਦੇ ਸਾਡੇ ਹਲਕੇ ਦੇ ਵਿੱਚ ਦੌਰਾ ਕਰੇ ਜੀ ਬਹੁਤ ਬਹੁਤ ਧੰਨਵਾਦ ਪੰਨਾ ਤੇਰੀ ਰੱਖ ਲਈ ਤਾਂ ਨਹੀਂ ਲੁੱਟ ਕਾਕਾ ਜੀ ਗਲਤ ਕੰਮ ਹੋ ਜੂਗਾ ਨਹੀਂ ਪੰਨਾ ਨਾਲੇ ਆਪਾਂ ਨਾਲੇ ਜੀ ਪੰਨਾ ਕਰਾਂਗੇ ਤੇਰੀ ਮਰੇਲਕੋਟਲੇ ਬਾਈ ਧਿਆਨ ਨਾਲ ਜਾਓ ਚੰਗਾ ਗੱਡੀ ਹੌਲੀ ਚਲਾਇਓ ਠੀਕ ਹੈ ਧਿਆਨ ਨਾਲ ਚਲਾਓ ਹਾਂ ਰਾਤ ਨੂੰ 11-12 ਵਜੇ ਤੱਕ ਪਹੁੰਚ ਜਾਓਗੇ ਤੁਸੀਂ ਧਿਆਨ ਨਾਲ ਚਲਾਓ ਧਿਆਨ ਨਾਲ ਚਲਾਓ ਚਲੋ ਵੀ ਚਲੋ ਕਾਕਾ ਤਾਂ ਹੁਣ ਵੱਗ ਗਏ ਹੁਣ ਆਪਾਂ ਨੂੰ ਪੈਣ ਤੇ ਭੂਤਾਂ ਖਾਣਗੇ ਇੱਥੇ ਜੱਟ ਕੇ ਤਾਂ ਇੱਥੇ ਘੱਡ ਰਿਹਾ ਆਪਾਂ ਕਿਹੜੇ ਪਿੰਡ ਪਹੁੰਚ ਗਏ ਜੀ ਪੁੰਨ ਰਹਿੜੀ ਪੁੰਨ ਰਹਿੜੀ ਜੀ ਆਪਾਂ ਇਹ ਪਿੰਡ ਦਾ ਨਾਂ ਪੰਨਾ ਤੇਰੀ ਰੱਖ ਲਈ ਤਾਂ ਨਹੀਂ ਲੁੱਟ ਕਾਕਾ ਜੀ ਗਲਤ ਕੰਮ ਹੋ ਜੂਗਾ ਨਹੀਂ ਪੰਨਾ ਨਾਲੇ ਆਪਾਂ ਨਾਲੇ ਜੀ ਪੰਨਾ ਕਰਾਂਗੇ ਮੈਂ ਤੇਰੀ ਮਰੇਲਕੋਟਲੇ ਬਾਈ ਧਿਆਨ ਨਾਲ ਜਾਓ ਚੰਗਾ ਗੱਡੀ ਹੌਲੀ ਚਲਾਇਓ ਠੀਕ ਹੈ ਧਿਆਨ ਨਾਲ ਚਲਾਓ ਹਾਂ ਰਾਤ ਨੂੰ 11-12 ਵਜੇ ਤੱਕ ਪਹੁੰਚ ਜਾਓਗੇ ਤੁਸੀਂ ਧਿਆਨ ਨਾਲ ਚਲਾਓ ਚਲੋ ਵੀ ਚਲੋ
ਕਾਕਾ ਤਾਂ ਹੁਣ ਵਗ ਗਏ, ਹੁਣ ਆਪਾਂ ਨੂੰ ਪੈਣ ਚ ਭੂਤਾਂ ਖਾਣਗੇ ਉੱਥੇ।